ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਅਮਰੀਕਾ ਚੋਂ ਮਾਪਿਆਂ ਦੇ ਅਫਸਰ ਪੁੱਤ ਦੀ ਇਸ ਤਰ੍ਹਾਂ ਹੋਈ ਮੌਤ ਪੰਜਾਬ ਤੱਕ ਛਾਇਆ ਸੋਗ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇੱਕ ਪੰਜਾਬੀ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਦਰਅਸਲ ਇਹ ਹਾਦਸਾ ਬੀਤੇ ਦਿਨ ਹਾਈਵੇ 99 ਤੇ ਵਾਪਰਿਆ ਸੀ ਮਿਲੀ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਗਰੇਵਾਲ 22 ਅਗਸਤ ਨੂੰ ਡਿਊਟੀ ਦੌਰਾਨ ਕੈਲੀਫੋਰਨੀਆ ਦੇ ਕੈਲ ਰੋਡ ਵਿੱਚ ਲੱਗੀ ਅੱਗ ਦੇ ਸਬੰਧਤ ਵਿੱਚ ਪੁਲਿਸ ਦੀ ਸਹਾਇਤਾ ਲਈ ਹਾਈਵੇ 99 ਤੇ ਜਾ ਰਿਹਾ ਸੀ ਇਸੇ ਦੌਰਾਨ ਦੂਜੇ ਪਾਸੇੋਂ ਆਉਂਦੀ ਇੱਕ ਪਿਕਅਪ ਗੱਡੀ ਜਿਸ ਨੂੰ ਪੰਜਾਬੀ ਮੂਲ ਦੇ ਨੌਜਵਾਨ ਮਨਜੋਤ ਸਿੰਘ ਤਿੰਦ ਚਲਾ ਰਿਹਾ ਸੀ ਡਰਾਈ ਡਿਵਾਈਡਰ ਨੂੰ ਤੋੜ ਕੇ ਹਰਮਿੰਦਰ ਸਿੰਘ ਦੀ ਕਾਰ ਵਿੱਚ ਵੱਜੀ ਪੁਲਿਸ ਦੀ ਕਾਰ ਨੂੰ ਹਰਮਿੰਦਰ ਗਰੀਆਲ ਤੇ ਉਸ ਦੀ ਨਾਲ ਡਿਊਟੀ ਇੱਕ ਮਹਿਲਾ ਪੁਲਿਸ ਅਧਿਕਾਰੀ ਹੀਰੋੜਾ ਕੋਰੀ ਸਵਾਰ ਸੀ ਇਹ ਹਾਦਸੇ ਦੇ ਵਿੱਚ ਪਿਕਅਪ ਸਵਾਰ ਪੰਜਾਬੀ ਮੂਲ ਦੇ ਨੌਜਵਾਨ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੋਵੇਂ ਪੁਲਿਸ ਕਰਮਚਾਰੀ ਗੰਭੀਰ ਰੂਪ ਦੇ ਵਿੱਚ ਦਾਖਲ ਹੋ ਗਏ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ 5 ਦਿਨ ਬਾਅਦ ਵੀਰਵਾਰ ਨੂੰ ਪੁਲਿਸ ਅਫਸਰ ਹਰਮਿੰਦਰ ਗਰੇਵਾਲ ਦੀ ਮੌਤ ਹੋ ਗਈ ਜਦ ਕਿ ਉਸਦੇ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਮਹਿਲਾ ਪੁਲਿਸ ਅਧਿਕਾਰੀ ਹਸਪਤਾਲ ਵਿੱਚ ਅਜੇ ਜੀਰੇ ਇਲਾਜਾ ਹਰਮਿੰਦਰ ਸਿੰਘ ਗਰੇਵਾਲ ਤਕਰੀਬਨ 2.5 ਸਾਲ ਪਹਿਲਾਂ ਪੁਲਿਸ ਦੀ ਸਰਵਿਸ ਵਿੱਚ ਜੁਆਇਨ ਹੋਇਆ ਸੀ ਦੋਸਤੋ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਹਰਮਿੰਦਰ ਸਿੰਘ ਗਰੇਵਾਲ ਦੀ ਦਿਖਾ ਦਿੰਦੇ ਆ ਜਿ ਇਹ ਉਸ ਵੀਰ ਦੀ ਤਸਵੀਰ ਆ ਜਿਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਧੰਨਵਾਦ